ਪਿੰਡ ਮਠੱਡਾ ਕਲਾਂ ਵਿਖੇ ਉੱਗੇ ਖੇਡ ਪ੍ਰਮੋਟਰ ਸੱਤਾ ਮਠੱਡਾ ਦੇ ਭਰਾ ਸਵਰਗੀ ਹਰਜੋਤ ਸਿੰਘ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ ਅੰਦਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਗੇ ਖੇਡ ਪ੍ਰਮੋਟਰ ਸੱਤਾ ਮਠੱਡਾ ਦੇ ਭਰਾ ਸੋਢੀ ਸਿੰਘ ਮਠੱਡਾ ਨੇ ਦੱਸਿਆ ਕਿ ਸਾਡੇ ਭਰਾ ਹਰਜੋਤ ਸਿੰਘ ਦੀ ਮੌਤ ਤੋਂ ਬਾਅਦ ਭਾਬੀ ਅਤੇ ਮਾਤਾ ਜੀ ਪਿੰਡ ਵਿੱਚ ਬਣੀ ਕੋਠੀ ਵਿੱਚ ਅਤੇ ਬੱਚੇ ਵਿਦੇਸ਼ ਵਿੱਚ ਰਹਿ ਰਹੇ ਹਨ। ਲਾਂਗਣੀਆਂ ਰੋਡ 'ਤੇ ਬਣੀ ਕੋਠੀ ਜਿਸ ਦੀ ਰੋਜ਼ਾਨਾ ਹੀ ਸਾਫ਼ ਸਫਾਈ ਕੀਤੀ ਜਾਂਦੀ ਹੈ, ਰੋਜ਼ਾਨਾ ਦੀ ਤਰ੍ਹਾਂ ਜਦੋਂ ਅੱਜ ਕੋਠੀ ਦੀ ਸਫਾਈ ਕਾਰਨ ਆਏ ਤਾਂ ਦੇਖਿਆ ਕਿ ਕੋਠੀ ਦਾ ਮੇਨ ਗੇਟ ਅੰਦਰੋਂ ਬੰਦ ਸੀ। ਕੋਠੀ ਅੰਦਰ ਵੜ ਕੇ ਦੇਖਿਆ ਤਾਂ ਚੋਰ ਤਾਕੀ ਦੀ ਗ੍ਰਿਲ ਪੁੱਟ ਕੇ ਕੋਠੀ ਦੇ ਕਮਰਿਆਂ ਵਿੱਚ ਦਾਖਲ ਹੋਏ ਅਤੇ ਸਾਰੇ ਕਮਰਿਆਂ ਦੀ ਫੋਲਾ ਫਰਾਲੀ ਕਰਕੇ 1 ਲੱਖ ਰੁਪਏ ਤੱਕ ਦਾ ਸਮਾਨ ਲੈ ਗਏ। ਸੋਢੀ ਸਿੰਘ ਨੇ ਦੱਸਿਆ ਕਿ ਚੋਰ ਘਰ ਵਿੱਚ ਲੱਗੀ ਵੱਡੀ LED, ਮਹਿੰਗੇ ਭਾਅ ਦੀਆਂ ਟੂਟੀਆਂ, ਘੜੀਆਂ, DVR ਅਤੇ ਹੋਰ ਸਮਾਨ ਲੈ ਕੇ ਰਫੂ ਚੱਕਰ ਹੋ ਗਏ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਮੈਂਬਰ ਪੰਚਾਇਤ ਮਨਮੋਹਨ ਸ਼ਰਮਾ ਨੇ ਕਿਹਾ ਕਿ ਪਿੰਡ ਵਿੱਚ NRI ਵੀਰਾਂ ਦੀਆਂ ਮਹਿੰਗੇ ਭਾਅ ਨਾਲ ਬਣਾਈਆਂ ਗਈਆਂ ਕੋਠੀਆਂ ਵੀ ਹੁਣ ਸੁਰੱਖਿਅਤ ਨਹੀਂ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਹੋ ਜਿਹੀਆਂ ਚੋਰੀਆਂ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਮਨਜੀਤ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ, ਦੀਪਾ ਮਠੱਡਾ, ਸਤਨਾਮ ਸਿੰਘ ਆਦਿ ਮੌਜੂਦ ਸਨ। ਮੈਂ ਜੀ ਸੋਢੀ ਸਿੰਘ ਮਠੱਡਾ ਕਲਾਂ ਅਤੇ ਡੈਡੀ ਸਾਡੇ ਪ੍ਰੇਮ ਸਿੰਘ ਜੀ ਅਤੇ ਸੱਤਾ ਮਠੱਡਾ ਅਸੀਂ ਜਿਹੜੇ ਟੂਰਨਾਮੈਂਟ ਕਰਾਉਂਦੇ ਮਠੱਡਾ ਕਲਾਂ ਦੇ ਵਿੱਚ ਉਹਨਾਂ ਦੇ ਬ੍ਰਦਰ ਹੈਗੇ ਸਕੇ। ਸਾਡਾ ਬ੍ਰਦਰ ਹਰਜੋਤ ਸਿੰਘ ਆ, ਉਹਦਾ ਘਰ ਆ ਇਹ ਜੀ, ਅਤੇ ਇੱਥੇ ਘਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਆ ਅਤੇ ਮੰਮੀ ਸਾਡੇ ਉੱਧਰ ਰਹਿੰਦੇ, ਭਰਜਾਈ ਉੱਧਰ ਰਹਿੰਦੇ ਆ ਅਤੇ ਇੱਥੇ ਰਾਤ ਚੋਰੀ ਹੋਈ ਆ। ਕੱਲ੍ਹ ਸਾਰਾ ਕੁਝ ਠੀਕ ਸੀਗਾ, ਰਾਤ ਚੋਰੀ ਹੋਈ ਸਾਰੀ ਆ। ਸਵੇਰੇ ਅਸੀਂ ਜਦੋਂ ਆਏ ਹਾਂ ਤਾਂ ਡੋਰ ਖੋਲ੍ਹ ਕੇ ਐਵਰੀ ਡੇ ਅਸੀਂ ਆਉਂਦੇ ਇੱਥੇ ਚੈੱਕ ਕਰਨ ਜਾਂ ਸਫਾਈ ਕਰਨ, ਤਾਂ ਸਵੇਰੇ ਦੇਖਿਆ ਤਾਂ ਅੰਦਰੋਂ ਕੁੰਡੇ ਲੱਗੇ ਹੋਏ ਸੀਗੇ ਅਤੇ ਫਿਰ ਕੰਧ ਟੱਪ ਕੇ ਅਸੀਂ ਗੇਟ ਖੋਲ੍ਹਿਆ। ਗੇਟ ਖੋਲ੍ਹ ਕੇ ਅੰਦਰ ਦੇਖਿਆ ਤਾਂ ਅੰਦਰ ਸਾਡੀਆਂ ਸਟੋਰ ਦੇ ਵਿੱਚ ਪੇਟੀਆਂ ਸਾਰੀਆਂ ਖੁੱਲ੍ਹੀਆਂ ਸੀਗੀਆਂ ਅਤੇ ਉਹ ਚੈੱਕ ਕੀਤਾ। ਫਿਰ ਉੱਪਰ ਦੇਖਿਆ, ਉੱਪਰ ਵੀ ਡੋਰ ਬੰਦ ਸੀਗੀ, ਤਾਂ ਫਿਰ ਅਸੀਂ ਚਾਬੀ ਲਿਆ ਕੇ ਜਦੋਂ ਉੱਪਰਲੀ ਡੋਰ ਖੋਲ੍ਹੀ ਤਾਂ ਅੰਦਰ ਵੀ ਸਾਰੇ ਇੱਥੇ ਖਲਾਰਾ ਪਿਆ ਹੋਇਆ ਸੀਗਾ ਅਤੇ ਉਹਨਾਂ ਨੇ ਪਿਛਲੇ ਪਾਸਿਓਂ ਮੂਹਰਿਓਂ ਨਹੀਂ ਕਿਤੇ ਵੀ ਗੇਟ ਖੋਲ੍ਹਿਆ, ਨਾ ਕੋਈ ਡੋਰ ਤੋੜੀ ਆ। ਪਿਛਲੇ ਪਾਸੇ ਦੀ ਚੜ੍ਹ ਕੇ ਉਹਨਾਂ ਨੇ ਇੱਕ ਟਾਕੀ ਖੋਲ੍ਹੀ ਆ ਵਿੰਡੋ, ਉਹਦੀ ਗ੍ਰਿਲ ਪੱਟ ਕੇ ਟਾਕੀ ਖੋਲ੍ਹ ਕੇ ਉਹਦੇ ਵਿੱਚ ਹੀ ਅੰਦਰ ਆਏ ਆ। ਤਾਂ ਆ ਕੇ ਜਦੋਂ ਅਸੀਂ ਦੇਖਿਆ ਤਾਂ LCD ਹੈ ਨਹੀਂ ਸੀਗੀ, ਕੈਮਰੇ ਲੱਗੇ ਹੋਏ ਸੀ ਸਾਰੇ ਘਰ ਦੇ ਵਿੱਚ ਆਲੇ ਦੁਆਲੇ ਕੈਮਰੇ, ਉਹ DVR ਜਿਹੜਾ ਆ ਉਹ ਲੈ ਗਏ ਆ ਨਾਲ ਅਤੇ LCD ਲੈ ਗਏ ਆ। ਉਸ ਤੋਂ ਬਾਅਦ ਉਹਨਾਂ ਨੇ ਬਾਥਰੂਮਾਂ ਦੇ ਸਾਰੀਆਂ ਟੁੱਟੀਆਂ ਜੋ ਵੀ ਸੈੱਟ ਸੀਗੇ ਸ਼ਾਵਰ ਉਹ ਸਾਰੇ ਖੋਲ੍ਹ ਲਿਆ, ਸਾਰੇ ਬਾਥਰੂਮਾਂ ਦੇ ਉਹ ਲੈ ਕੇ ਗਏ ਹੈਗੇ ਆ ਅਤੇ ਛੋਟਾ ਛੋਟਾ ਸਮਾਨ ਜਿੰਨਾ ਵੀ ਘੜੀਆਂ ਸੀਗੀਆਂ ਜਾਂ ਹੋਰ ਛੋਟਾ ਬਰੀਕ ਸਮਾਨ ਸੀ ਉਹਨਾਂ ਨੇ ਸਾਰੇ ਬੈੱਡ ਫਰੋਲੇ ਹੈਗੇ, ਸਾਰੀਆਂ ਅਲਮਾਰੀਆਂ, ਕਲੋਜਟ ਜੋ ਵੀ ਸੀਗੇ ਸਾਰਾ ਸਮਾਨ ਬਾਹਰ ਖਿਲਾ ਰਿਹਾ ਆ। ਮੈਨੂੰ ਲੱਗਦਾ ਪੂਰੀ ਰਾਤ ਉਹਨਾਂ ਨੂੰ ਲੱਗੀ ਹੋਊਗੀ, ਬਹੁਤ ਜ਼ਿਆਦਾ ਫਰੋਲਾ ਫਰਾਲੀ ਕੀਤੀ ਛੋਟੇ ਛੋਟੇ ਸਮਾਨ ਦੀ, ਸਾਰਾ ਉਹ ਚੀਜ਼ਾਂ ਲੈ ਗਏ ਆ। ਤਕਰੀਬਨ ਕਰਕੇ ਤਾਂ 1 ਲੱਖ ਰੁਪਏ ਦਾ ਸਮਾਨ ਜਿੱਦਾਂ ਉਹਨਾਂ ਨੇ ਜਿਹੜਾ ਚੋਰੀ ਕਰਕੇ ਲੈ ਗਏ ਆ ਅਤੇ ਬਾਕੀ ਸਮਾਨ ਬਹੁਤ ਖਰਾਰਿਆ ਪਿਆ, ਹੋਰ ਵੱਡੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਹੀ ਛੇੜਿਆ। ਪਿੱਛਿਓਂ ਦੀ ਆਏ, ਪਿੱਛਿਓਂ ਕੰਧ ਟੱਪ ਕੇ ਉਹ ਬੈਕ ਸਾਈਡ ਦੇ ਜਿੱਧਰ ਸਾਡੇ ਰਾਹ ਦੇ ਵਿੱਚ ਕੈਮਰੇ ਲੱਗੇ ਉੱਧਰ ਉੱਧਰ ਨਹੀਂ ਗਏ, ਬੈਕ ਸਾਈਡ ਦੇ ਵਿੱਚ ਇੱਧਰ ਖੱਤਿਆਂ ਵੱਲ ਨਿਕਲੇ ਆ, ਇੱਧਰ ਚਲੇ ਗਏ ਆ ਉਹ। ਅਤੇ ਬਾਕੀ NRI ਭਰਾਵਾਂ ਦੇ ਸਾਰੇ ਜਿੰਨੇ ਪਿੰਡ ਦੇ ਵਿੱਚ ਘਰ ਹੈਗੇ ਆ ਸੁਰੱਖਿਅਤ ਹੋਣੇ ਚਾਹੀਦੇ ਆ, ਥੋੜ੍ਹੀ ਬਹੁਤੀ ਪੁਲਿਸ ਨੂੰ ਵੀ ਚਾਹੀਦਾ ਵੀ ਰੌਂਡ ਮਾਰਨ ਜਾਂ ਦੇਖਣ, ਤਾਂ ਇਹ ਚੋਰੀਆਂ ਨਹੀਂ ਹੋਣੀਆਂ ਚਾਹੀਦੀਆਂ। ਜੇ ਉਹੀ ਸੁਰੱਖਿਅਤ ਨਹੀਂ ਹੈਗੇ ਤਾਂ ਫਿਰ ਮੈਨੂੰ ਲੱਗਦਾ ਵੀ ਛੋਟੇ ਮੋਟੇ ਲੋਕਾਂ ਨੂੰ ਤਾਂ ਕਿਸੇ ਨੇ ਵੀ ਨਹੀਂ ਪੁੱਛਣਾ ਕਿ ਸਾਰੇ ਸੁਰੱਖਿਅਤ ਨਹੀਂ ਹੋਣਗੇ। ਤਾਂ ਜ਼ਰੂਰੀ ਆ ਜੀ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ, ਚੋਰੀਆਂ ਨੂੰ ਜਾਂ ਚੋਰਾਂ ਨੂੰ, ਠੱਗਾਂ ਨੂੰ, ਜੋ ਵੀ ਹੈਗਾ ਪੁਲਿਸ ਨੂੰ ਥੋੜ੍ਹਾ ਜਿਹਾ ਇੱਧਰ ਵੀ ਧਿਆਨ ਦੇਣਾ ਚਾਹੀਦਾ। ਆਪਣਾ ਮਨਮੋਹਨ ਸ਼ਰਮਾ, ਮੈਂਬਰ ਪੰਚਾਇਤ ਵਾਰਡ ਨੰਬਰ 8 ਮਠੱਡਾ ਕਲਾਂ। ਹਾਂਜੀ, ਇਹਨਾਂ ਵੀਰਾਂ ਦੀਆਂ ਇੱਥੇ ਲਗਭਗ ਬਹੁਤ ਸਾਰੀਆਂ ਕੋਠੀਆਂ ਖਾਲੀ ਪਈਆਂ, ਜਿੰਦੇ ਲੱਗੇ ਸਮਾਨ ਉਹਨਾਂ ਦਾ ਵਿੱਚ, ਇਸ ਕਰਕੇ ਚੋਰ ਜਿਹੜੇ ਰਾਤ ਚੋਰੀ ਕਰਕੇ ਲੈ ਗਏ, ਅਤੇ ਪੁਲਿਸ ਨੂੰ ਚਾਹੀਦਾ, ਪ੍ਰਸ਼ਾਸਨ ਨੂੰ ਚਾਹੀਦਾ ਅਤੇ ਇੱਥੇ ਆਏ ਬਗਾਏ ਜਿਹੜੇ ਚੱਕਰ ਲਾਉਂਦੇ ਰਹਿਣ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਵੇ। ਚੋਰੀ ਦੇ ਡਰ ਦਾ ਮਾਹੌਲ ਹੈ, ਲੋਕ
ਥੋੜ੍ਹੇ ਸਮੇਂ ਹੋਏ ਨੇ।